ਦੋਸਤੋ, ਮੈਂ ਤੁਹਾਡਾ ਆਪਣਾ ਡਾਕਟਰ ਇੰਦਰਜੀਤ ਕਮਲ, ਯਮੁਨਾਨਗਰ ਹਰਿਆਣਾ ਤੋਂ। ਇੱਕ ਵੀਡੀਓ ਘੁੰਮਦੀ ਘੁੰਮਾਉਂਦੀ ਮੇਰੇ ਕੋਲ ਪਹੁੰਚੀ, ਜਿਹਦੇ ਵਿੱਚ ਇੱਕ ਸਿੱਖ ਨੌਜਵਾਨ ਇੱਕ ਭੂਰੇ ਰੰਗ ਦਾ ਪੱਥਰ ਆਪਣੇ ਆਸੇ ਪਾਸੇ ਬੈਠੇ ਦੋਸਤਾਂ ਨੂੰ ਜਾਂ ਲੋਕਾਂ ਨੂੰ ਵਿਖਾਉਂਦਾ ਹੈ ਅਤੇ ਉਹਨਾਂ ਨੂੰ ਉਹਦੇ ਚਮਤਕਾਰਾਂ ਬਾਰੇ ਦੱਸਦਾ ਹੈ। ਆਓ ਪਹਿਲਾਂ ਤੁਸੀਂ ਉਹਦੀ ਵੀਡੀਓ ਵੇਖੋ, ਫਿਰ ਆਪਾਂ ਅੱਗੇ ਉਹਦੇ ਗੱਲ ਕਰਾਂਗੇ। ਉਹਦੇ ਜਿਹੜੇ ਚਮਤਕਾਰ ਦੱਸੇ ਨੇ, ਜਿਹੜੇ ਉਹਨੇ ਕਰਕੇ ਵਿਖਾਏ ਨੇ ਪ੍ਰਯੋਗ, ਉਹਨਾਂ ਬਾਰੇ ਆਪਾਂ ਪੜਤਾਲ ਕਰਾਂਗੇ ਕਿ ਉਹ ਪ੍ਰਯੋਗ ਕਿੰਨੇ ਕੁ ਸਹੀ ਨੇ, ਕਿੰਨੇ ਕੁ ਗਲਤ ਨੇ। ਇਹ ਹੈਗਾ ਜਿਹੜਾ ਅਸਲੀ ਸੁਲੇਮਾਨੀ ਆ। ਹਾਂਜੀ, ਆ ਮੇਰੇ ਵੀਰ ਕੈਮਰਾਮੈਨ ਨੂੰ ਬੇਨਤੀ ਹੈ ਵੀ ਸਮਾਰਕ ਨੂੰ ਕੋਲੇ ਕਲੋਜ਼ ਕਰਕੇ ਦਿਖਾ ਦੇ। ਇਹ ਉੱਪਰ ਜਿਹੜੇ ਉੱਪਰ ਲਿਖਤ ਲਿਖੀ ਹੋਈ ਹੈ ਜੀ, ਕੀ ਹੈ? ਆਪਾਂ ਸਤਿਕਾਰ ਕਰਦੇ ਹਾਂ ਜੀ, ਚਾਹੇ ਆਪਾਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ। ਇਹ ਇਸਲਾਮ ਦਾ ਕਲਮਾ ਜੀ। ਠੀਕ ਹੈ ਜੀ। ਇਸੇ ਕਰਕੇ ਇਹਨੂੰ ਇੰਨੇ ਇੱਜ਼ਤ ਮਾਣ ਨਾਲ ਰੱਖਿਆ ਵਾ। ਠੀਕ ਹੈ ਜੀ। ਵੀ ਨਹੀਂ, ਆਪਾਂ ਹਰ ਇੱਕ ਧਰਮ ਦਾ ਸਤਿਕਾਰ ਕਰੀਦਾ ਜੀ। ਇਹਦੀ ਤੁਹਾਨੂੰ ਮੈਂ ਦਿਖਾਉਂਦਾ ਜੀ, ਇਹਦੇ ਨਾਲ ਬਾਲ ਨਹੀਂ ਕੱਟਿਆ ਜਾਂਦਾ, ਇੱਥੋਂ ਤੱਕ ਫਾਇਰ ਨਹੀਂ ਲੱਗਦਾ, ਅੱਗ ਨਹੀਂ ਲੱਗਦੀ। ਠੀਕ ਹੈ ਜੀ। ਹੁਣ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਤਜਰਬਾ ਦਿਖਾਉਂਦਾ, ਟਾਈਮ ਆਪਣੇ ਕੋਲ ਕਾਫੀ ਥੋੜ੍ਹਾ। ਆਹ ਆਪਣੇ ਕੋਲ ਕਾਟਨ ਦਾ ਰੁਮਾਲ ਆ। ਹਾਂਜੀ। ਮੱਚਦਾ ਜੀ? ਹਾਂਜੀ ਹਾਂਜੀ, ਤੁਹਾਡੇ ਸਾਹਮਣੇ ਆ। ਠੀਕ ਹੈ ਜੀ। ਤੁਹਾਡੇ ਕਹਿਣ ਦਾ ਭਾਵ ਵੀ ਇਹਦੇ ਨਾਲ ਅੱਗ ਨਹੀਂ ਲੱਗਦੀ। ਲਓ ਜੀ, ਇੰਨਾ ਟਾਈਮ ਤਾਂ ਅੱਗ। ਹਾਂਜੀ ਹਾਂ। ਦੂਜਾ ਤਜਰਬਾ ਵੀਰ ਜੀ ਇਹ ਆ ਵੀ ਆਹ ਆਪਣੇ ਕੋਲ ਕਾਚੂ ਆ। ਹਾਂਜੀ। ਇਹਨੂੰ ਤੁਸੀਂ ਚੈੱਕ ਕਰ ਲਓ ਕਿੰਨਾ ਕੁ ਤਿੱਖਾ। ਹਾਂਜੀ। ਇਹ ਪਹਿਲਾਂ ਵੀ ਮੈਂ ਤੁਹਾਨੂੰ ਬਿਨਾਂ ਕੈਮਰੇ ਤੋਂ ਜਦੋਂ ਆਪਾਂ ਹਾਂਜੀ ਕੈਮਰਾ ਆਫ ਕੈਮਰਾ ਗੱਲ ਕਰਦੇ ਸੀ ਉਦੋਂ ਦੀ ਗੱਲ ਆ। ਅੱਛਾ, ਇਹਦੇ ਨਾਲ ਕੋਈ ਕੱਟ ਵੀ ਨਹੀਂ ਲੱਗਦਾ ਸਰੀਰ ਉੱਤੇ? ਮੈਂ ਕਿਹਾ ਜੀ ਬਲੱਡ ਨਹੀਂ ਨਿਕਲਦਾ। ਲਓ, ਠੀਕ ਹੈ ਜੀ। ਇੰਨਾ ਕਾਚੂ ਤੁਸੀਂ ਹੋਰ ਕਿਤੇ ਨਿਸ਼ਾਨ ਪਾਏ ਜਾਂਦੇ, ਮਤਲਬ ਕਹਿਣ ਦਾ ਭਾਵ ਵੀ ਕੱਟ ਨਹੀਂ ਲੱਗਦਾ ਹੈਗਾ। ਲੂੰ ਕੰਡਾ ਖੜਾ ਹੋ ਜਾਊ ਸਰੀਰ ਦਾ, ਪਰ ਨਹੀਂ, ਇਹ ਇੱਕ ਸ਼ਕਤੀਸ਼ਾਲੀ ਚੀਜ਼ ਆ। ਠੀਕ ਹੈ, ਮੰਨਿਆ ਸਿੱਖ ਧਰਮ ਦੇ ਵਿੱਚ ਕਰਾਮਾਤ ਨੂੰ ਮੰਨਿਆ ਨਹੀਂ ਜਾਂਦਾ। ਹਾਂਜੀ। ਪਰ ਇਸਲਾਮ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਵੱਡੀ ਮਾਨਤਾ ਦਿੱਤੀ ਜਾਂਦੀ ਹੈ। ਇਹ ਹੈ ਵੀ ਇਸਲਾਮੀ ਹੈ, ਕਿਸੇ ਮੁਸਲਮਾਨ ਫਕੀਰ ਤੋਂ ਆਇਆ ਵਾ। ਠੀਕ ਹੈ ਜੀ। ਕਿਸੇ ਆਪਣਾ ਮਿੱਤਰ ਹੈ ਕੋਈ ਅਸਲ ਦੇ ਵਿੱਚ, ਠੀਕ ਹੈ, ਉਹਦੀ ਅਮਾਨਤ ਹੈ। ਵੈਸੇ ਜਿਹੜੀ ਇਹ ਪੱਥਰ ਹੈ ਜੀ, ਇਹ ਕਿੱਥੇ ਮਿਲਦਾ ਜੀ ਆਪਾਂ ਨੂੰ? ਇਹ ਮਿਲਦਾ ਵੀਰੇ ਜਾਂ ਤਾਂ ਪਾਕਿਸਤਾਨ ਦੀ ਸਿੰਧ ਨਦੀ 'ਚ ਪਾਇਆ ਜਾਂਦਾ ਅਸਲੀ, ਜਾਂ ਸੁਲੇਮਾਨ ਪਰਬਤ 'ਤੇ। ਅੱਛਾ ਜੀ। ਦੋ ਹੀ ਜਗ੍ਹਾ ਅਸਲੀ ਪਾਇਆ ਜਾਂਦਾ। ਮਿਲ ਤਾਂ ਆਪਣਾ ਸਾਰੇ ਇੱਥੋਂ ਆਪਣੇ, ਤੈਨੂੰ ਆਪਣਾ ਸੁਨਿਆਰੇ ਤੋਂ ਮਿਲ ਜਾਣਾ 150 ਰੁਪਏ ਦਾ ਵੀ, ਪਰ ਜੇ ਅਸਲੀ ਦੀ ਕੀਮਤ ਜਾਣੇ ਤਾਂ ਇਹਦੀ ਕੀਮਤ ਹੀ ਕੋਈ ਨਹੀਂ ਜੇ ਸਹੀ ਦੇਖੀਏ। ਪਰ ਜੇ ਊਂ ਲੈਣਾ ਤਾਂ ਤੈਨੂੰ ਇੱਥੋਂ ਮੈਂ ਦਵਾ ਲਿਆਉਣਾ 100-200 ਦਾ ਹੀ ਮਿਲ ਜੂਗਾ, ਪਰ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਨਹੀਂ ਮਿਲਣਾ। ਇੱਕ ਹੋਰ ਖਾਸ ਗੱਲ ਹੈ ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਇਹ ਪੱਥਰ ਕੋਈ ਵੀ ਹੁੰਦਾ ਨਾ, ਉਹ ਪਾਰਦਰਸ਼ੀ ਨਹੀਂ ਹੁੰਦਾ। ਹਾਂਜੀ, ਸਹੀ ਗੱਲ ਹੈ ਜੀ। ਇਹ ਹੁਣ ਆਪਣੇ ਕੋਲ ਚਾਨਣ ਆ, ਆਹ ਦੇਖੋ। ਕਹਿਣ ਦਾ ਭਾਵ ਇਹ ਪੱਥਰ ਪਾਰਦਰਸ਼ੀ ਵੀ ਆ। ਪਾਰਦਰਸ਼ੀ ਵੀ ਆ, ਅਤੇ ਇੱਕ ਇਹਦੀ ਹੋਰ ਖੂਬੀ ਆ, ਹੁਣ ਆਪਾਂ ਕੇਸ ਕੱਟਦੇ ਨਹੀਂ ਹੈਗੇ, ਕਿਸੇ ਦਿਨ ਤੁਹਾਨੂੰ ਫੇਰ ਕੱਟ ਕੇ ਦਿਖਾ ਦਾਂਗੇ। ਇੱਥੇ ਕੇਸ ਲਪੇਟ ਲਓ, ਅੱਗ ਲਾ ਲਓ, ਕੇਸ ਨੂੰ ਵੀ ਨਹੀਂ ਅੱਗ ਲੱਗਦੀ ਅਤੇ ਕੇਸ ਕੱਟਿਆ ਵੀ ਨਹੀਂ ਜਾਂਦਾ।
ਇਹ ਤਾਂ ਬਹੁਤ ਜੇ ਹੀ ਆਪਾਂ ਕੀਮਤ ਦੀ ਕੀਮਤ ਦੀ ਗੱਲ ਕਰੀਏ, ਤੁਹਾਡੇ ਹਿਸਾਬ ਨਾਲ ਕੀ ਕੀਮਤ ਹੋ ਸਕਦੀ ਹੈ ਜੀ? ਦੇਖੋ ਜੀ, ਗੱਲ ਇਹ ਆ ਵੀ ਕਹਿਣ ਦੀਆਂ ਗੱਲਾਂ ਨੇ, ਕੋਈ ਕਿੰਨੇ ਕਹਿ ਦਿੰਦਾ ਕੋਈ ਕਿੰਨੇ, ਹਾਂਜੀ ਜਿੰਨਾ ਚਿਰ ਕੋਈ ਕੀਮਤ ਅੰਗੀ ਤੇ ਆਵੇ ਨਾ ਉਹਨਾਂ ਚਿਰ ਉਹਨੂੰ ਆਪਾਂ ਅਸਲੀ ਕੀਮਤ ਨਹੀਂ ਮੰਨਦੇ। ਹੁਣ ਕਹਿਣ ਨੂੰ ਤਾਂ ਪਿੱਛੇ ਜੇ ਕੋਈ ਬੰਦਾ ਕਹਿੰਦਾ ਹੈਦਰਾਬਾਦ ਆ ਜਾ, ਸੌ ਅੱਛਾ ਜੀ, ਕਰੋੜ ਦੇ ਦੂੰ, ਹਾਂਜੀ, ਆਪਾਂ ਘਰੇ ਚੰਗੇ ਹਾਂ, 100 ਕਰੋੜ ਤੋਂ ਕੀ ਕਰਾਉਣਾ, ਉਹ ਉੱਥੇ ਅਗਲਾ ਸੱਦ ਕੇ ਮੁੜ ਕੇ ਆਪਾਂ ਨੂੰ, ਬਹੁਤ ਕੁਛ ਹੋ ਜਾਂਦਾ ਜੀ, ਹਾਂਜੀ ਸਾਰਾ ਕੁਛ ਹੀ ਬਹੁਤ ਗੱਲਾਂ ਜਾਂਦਾ। ਨੇ ਚੱਲਦੀਆਂ ਹਾਂ, ਦੁਨੀਆਦਾਰੀ ਤੇ ਉਹ ਗੱਲਾਂ ਤੋਂ ਆਪਾਂ ਨੂੰ ਲੋੜ ਨਹੀਂ ਹੈ, ਹਾਂਜੀ ਹਾਂਜੀ, ਆਪਾਂ ਰੱਬ ਰੱਬ ਕਰੀਦਾ, ਰਾਮ ਰਾਮ, ਬਸ ਠੀਕ ਆ ਜੀ। ਤੁਹਾਨੂੰ ਇਹ ਕਿਹਦੇ ਕੋਲੋਂ ਮਿਲਿਆ ਸੀਗਾ ਜੀ? ਇਹ ਮੇਰਾ ਮਿੱਤਰ ਆ ਜੀ, ਇੱਕ ਮੁਸਲਮਾਨ, ਠੀਕ ਉਹਦੇ ਆ ਜੀ, ਪੜਦਾਦਾ ਜੀ ਨੇ ਨਿਸ਼ਾਨੀ ਦਿੱਤੀ ਸੀ। ਠੀਕ ਆ ਜੀ, ਤੁਹਾਨੂੰ ਦਿੱਤੀ ਸੀ? ਹਾਂ, ਲਿਹਾਜ਼ ਤੌਰ ਤੇ ਬਸ ਉਹਦੇ ਨਾਲ ਮਿੱਤਰਤਾ ਗੀ। ਇਹ ਆਪਾਂ ਵੀ ਉਸ ਨੌਜਵਾਨ ਨੇ ਵਾਂਗ ਇੱਕ ਤਜਰਬਾ ਕਰਦੇ ਹਾਂ। ਇਹ ਮੇਰੇ ਕੋਲ ਇੱਕ ਸੂਤੀ ਰੁਮਾਲ ਹੈ, ਇਹ ਲਾਈਟਰ ਹੈ, ਇਹ ਰੁਮਾਲ ਨੂੰ ਅਸੀਂ ਅੱਗ ਲਗਾਈ, ਇਹ ਸੜ ਰਿਹਾ। ਹੁਣ ਮੇਰੇ ਕੋਲ ਕੋਈ ਚਮਤਕਾਰੀ ਪੱਥਰ ਤਾਂ ਨਹੀਂ, ਪਰ ਇਹ ਮੇਰੇ ਕੋਲ ਇੱਕ ਪੱਥਰ ਹੈ ਜਿਹੜਾ ਗਲੀ ਦੇ ਵਿੱਚੋਂ ਹੀ ਨਾਲੀ ਦੇ ਕੰਢਿਓਂ ਚੁੱਕਿਆ ਸੀ। ਇਹਨੂੰ ਰੁਮਾਲ ਦੇ ਵਿੱਚ ਲਪੇਟ ਦਿੰਦੇ ਜਿਵੇਂ ਉਹਨੇ ਲਪੇਟਿਆ ਸੀ। ਹੁਣ ਆਪਾਂ ਇਹਨੂੰ ਲਾਈਟਰ ਦੇ ਨਾਲ ਸਾੜ ਕੇ ਵੇਖਦੇ ਹਾਂ, ਜਿਵੇਂ ਉਹਨੇ ਸਾੜਿਆ ਸੀ ਉਵੇਂ ਆਪਾਂ ਵੀ ਇਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਬਲਕਿ ਉਹਦੇ ਨਾਲ ਅਸੀਂ ਜ਼ਿਆਦਾ ਦੇਰ ਲਗਾਵਾਂਗੇ। ਲਓ ਜੀ, ਉਹਦੇ ਹੀ ਰੁਮਾਲ ਵਾਂਗ ਇਹ ਵੀ ਸਿਰਫ ਕਾਲਾ ਹੀ ਹੋਇਆ, ਇਹਨੂੰ ਕੁਛ ਨਹੀਂ ਹੋਇਆ, ਨਾ ਇਹ ਸੜਿਆ ਹੈ ਨਾ ਕੁਛ ਹੋਇਆ ਹੈ। ਇਹ ਵੇਖੋ ਸਿਰਫ ਕਾਲਾ ਹੋਇਆ, ਇਹਨੂੰ ਅੱਗ ਨਹੀਂ ਲੱਗੀ। ਹੁਣ ਤੁਸੀਂ ਇਹ ਇੱਕ ਚਮਚ ਹੈ ਮੇਰੇ ਕੋਲ, ਇਹ ਚਮਚ ਨੂੰ ਅਸੀਂ ਇਸੇ ਤਰ੍ਹਾਂ ਰੁਮਾਲ ਨੂੰ ਲਪੇਟ ਦਿੰਦੇ ਹਾਂ ਚਮਚ ਦੇ ਉੱਤੇ, ਅਤੇ ਇਹਦੇ ਥੱਲੇ ਅੱਗ ਲਗਾ ਕੇ ਵੇਖਦੇ ਹਾਂ। ਲਓ ਜੀ, ਇਹ ਵੀ ਉਸੇ ਤਰ੍ਹਾਂ ਕਾਲਾ ਜ਼ਰੂਰ ਹੋਇਆ, ਪਰ ਨਾ ਇਹ ਸੜਿਆ ਨਾ ਇਹਨੂੰ ਅੱਗ ਲੱਗੀ। ਲਓ ਜੀ, ਜਦੋਂ ਵੀ ਕਿਸੇ ਸਖਤ ਚੀਜ਼ ਨੂੰ ਤੁਸੀਂ ਕੱਪੜੇ ਦੇ ਵਿੱਚ ਲਪੇਟ ਕੇ, ਸੂਤੀ ਕੱਪੜੇ ਦੇ ਲਪੇਟ ਕੇ ਉਹਨੂੰ ਅੱਗ ਲਗਾਓਗੇ ਤਾਂ ਉਹਨੂੰ ਅੱਗ ਨਹੀਂ ਲੱਗੇਗੀ। ਅਗਰ ਉਹਨੂੰ ਤੁਸੀਂ ਇਕੱਲੇ ਨੂੰ ਸਾੜੋਗੇ ਤਾਂ ਇਹਨੂੰ ਅੱਗ ਜ਼ਰੂਰ ਲੱਗੇਗੀ। ਇਹ ਵੇਖੋ, ਇਹ ਉਹੀ ਰੁਮਾਲ ਹੈ, ਇਹ ਇਕੱਲੇ ਨੂੰ ਸਾੜਾਂਗੇ ਤਾਂ ਅੱਗ ਲੱਗਦੀ ਆ। ਇਹਦੇ ਵਿੱਚ ਕੋਈ ਵੀ ਸਖਤ ਚੀਜ਼ ਪਾ ਕੇ ਜਿਹੜੀ ਨਾ ਜਲਣਯੋਗ ਹੋਵੇ, ਜਿਵੇਂ ਸਟੀਲ, ਲੋਹਾ ਜਾਂ ਪੱਥਰ ਵਗੈਰਾ, ਇਹ ਦੁਬਾਰਾ ਆਪਾਂ ਕਰਕੇ ਵਿਖਾ ਦਿੰਦੇ ਹਾਂ। ਲਓ ਜੀ, ਦੂਜਾ ਉਹਨੇ ਕਿਹਾ ਸੀ ਕਿ ਇਹ ਆਮ ਜਿਹੜੇ ਪੱਥਰ ਨੇ ਉਹ ਪਾਰਦਰਸ਼ੀ ਨਹੀਂ ਹੁੰਦੇ, ਤੁਸੀਂ ਗੂਗਲ ਦੇ ਉੱਤੇ ਸਰਚ ਕਰ ਸਕਦੇ ਹੋ ਟ੍ਰਾਂਸਪੇਰੈਂਟ ਸਟੋਨ, ਤਾਂ ਤੁਹਾਨੂੰ ਪਾਰਦਰਸ਼ੀ ਪੱਥਰ ਆਮ ਮਿਲ ਜਾਣਗੇ। ਇਹ ਸਿਰਫ ਉਹਨੇ ਇੱਕ ਡਰਾਮਾ ਕੀਤਾ ਹੈ, ਪਖੰਡ ਕੀਤਾ ਹੈ। ਉਹਨੇ ਇੱਥੋਂ ਤੱਕ ਕਿਹਾ ਕਿ ਉਹਨੂੰ ਇਸ ਪੱਥਰ ਦਾ 100 ਕਰੋੜ ਰੁਪਇਆ ਮਿਲਦਾ ਹੈ, ਪਰ ਉਹਨੇ ਦਿੱਤਾ ਨਹੀਂ। ਇਹ ਬਿਲਕੁਲ ਸਾਰਾ ਕੁਛ ਝੂਠ ਹੈ, ਅਤੇ ਇਹਦੇ ਇਹੋ ਜਿਹੇ ਪਖੰਡੀਆਂ ਦੇ ਮਗਰ ਨਾ ਲੱਗੋ, ਅਤੇ ਇਹਨਾਂ ਦੇ ਪਰਦੇ ਫਾਸ਼ ਕਰਦੇ ਰਹੋ, ਇਹਨਾਂ ਬਾਰੇ ਜਾਣਦੇ ਰਹੋ ਕਿ ਇਹ ਕਿੱਥੇ ਕਿੱਥੇ ਜਿਹੋ ਜਿਹੇ ਪ੍ਰਯੋਗ ਕਰਕੇ ਵਿਖਾਉਂਦੇ ਨੇ। ਜਿਵੇਂ ਇਹਨੇ ਪੱਥਰ ਪਾ ਕੇ ਵਿੱਚ ਰੁਮਾਲ ਨੂੰ ਸਾੜਨ ਦੀ ਕੋਸ਼ਿਸ਼ ਕੀਤੀ, ਵਿਖਾਇਆ ਕਿ ਰੁਮਾਲ ਨਹੀਂ ਸੜਿਆ ਕਿਉਂਕਿ ਉਹ ਪੱਥਰ ਚਮਤਕਾਰੀ ਹੈ। ਇਸ ਤਰ੍ਹਾਂ ਤੁਸੀਂ ਆਪਣੇ ਘਰ ਵੀ ਕਰਕੇ ਵੇਖ ਸਕਦੇ ਜੇ, ਤਾਂ ਤੁਹਾਨੂੰ ਇਹ ਸਪਸ਼ਟ ਹੋ ਜਾਏਗਾ ਕਿ ਉਹ ਪੱਥਰ ਚਮਤਕਾਰੀ ਹੈ ਜਾਂ ਨਹੀਂ ਹੈ।
ਫਿਰ ਉਹਨੇ ਵਾਲ ਕੱਟਣ ਦੀ ਵੀ ਗੱਲ ਕੀਤੀ ਸੀ ਕਿ ਵਾਲ ਨਹੀਂ ਕੱਟਿਆ ਜਾਂਦਾ, ਪਰ ਉਹਨੇ ਉਹ ਕੱਟ ਕੇ ਨਹੀਂ ਵਿਖਾਇਆ। ਫਿਰ ਉਹਨੇ ਇੱਕ ਚਾਕੂ ਦੀ ਗੱਲ ਕੀਤੀ, ਆਪਾਂ ਉਹ ਚਾਕੂ ਦਾ ਪ੍ਰਯੋਗ ਵੀ ਕਰਕੇ ਵੇਖਦੇ ਹਾਂ। ਉਹ ਚਾਕੂ ਨੂੰ ਕਾਚੂ ਕਹਿੰਦਾ ਸੀ, ਅਤੇ ਉਹਨੇ ਵਿਖਾਇਆ ਕਿ ਚਾਕੂ ਬਹੁਤ ਤਿੱਖਾ ਹੈ, ਐਂ ਕਰਕੇ ਉਹਨੇ ਬਾਂਹ ਦੇ ਉੱਤੇ ਉਹਨੂੰ ਮਾਰਿਆ ਬੜੇ ਜ਼ੋਰ ਨਾਲ। ਫਿਰ ਉਹਨੇ ਉਹਨੂੰ ਖਬੋਇਆ ਵੀ, ਉਹਨੇ ਦੱਸਿਆ ਕਿ ਵੇਖੋ ਜੀ, ਨਾ ਮੈਨੂੰ ਕੋਈ ਨਿਸ਼ਾਨ ਪਿਆ ਅਤੇ ਨਾ ਹੀ ਮੇਰੇ ਕੋਲ ਕੱਟ ਲੱਗਾ, ਨਾ ਲਹੂ ਨਿਕਲਿਆ, ਇਸੇ ਤਰ੍ਹਾਂ ਮੇਰੇ ਵੀ ਕੁਛ ਨਹੀਂ ਹੋਇਆ। ਇਹ ਤੁਸੀਂ ਅਗਰ ਅਹਿਤਿਆਤ ਨਾਲ ਇਹ ਕੰਮ ਕਰੋ ਤਾਂ ਤੁਹਾਨੂੰ ਕੁਛ ਵੀ ਨਹੀਂ ਹੋਏਗਾ। ਤੁਸੀਂ ਘਰ ਵਿੱਚ ਇਹੋ ਜਿਹਾ ਪ੍ਰਯੋਗ ਨਾ ਕਰੋ, ਅਗਰ ਕਿਸੇ ਸਮਝਦਾਰ ਬੰਦੇ ਦੇ ਸਾਹਮਣੇ ਕਰਨਾ ਹੈ ਤਾਂ ਇਸ ਤਰ੍ਹਾਂ ਕਰ ਸਕਦੇ ਹੋ। ਇਹ ਦੀ ਚਲਾਕੀ ਹੁੰਦੀ ਹੈ, ਇਹਨੂੰ ਆਰਾਮ ਨਾਲ ਮਾਰੋ, ਕੁਛ ਨਹੀਂ ਹੋਏਗਾ ਤੁਹਾਨੂੰ। ਇਹਨੂੰ ਅਗਰ ਖਬੋਵੋਗੇ ਵੀ ਤਾਂ ਵੀ ਕੁਛ ਨਹੀਂ ਹੋਏਗਾ। ਹੈਲੋ, ਇਹ ਸਾਰੇ ਕੰਮ ਕਰਨ ਦੇ ਤਰੀਕੇ ਹੁੰਦੇ ਨੇ, ਅਤੇ ਇਹ ਇਹਨਾਂ ਨੂੰ ਸਿੱਖਣਾ ਚਾਹੀਦਾ ਹੈ, ਅਤੇ ਇਹਨਾਂ ਪਖੰਡੀਆਂ ਦੇ ਪਖੰਡ ਜਿਹੜੇ ਆ ਉਹ ਉਹਨਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਅਗਰ ਇਹ ਵੀਡੀਓ ਠੀਕ ਲੱਗੇ ਤਾਂ ਇਹਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ, ਤਾਂ ਕਿ ਹੋਰ ਲੋਕਾਂ ਨੂੰ ਵੀ ਇਸ ਪਖੰਡੀਆਂ ਦੇ ਬਾਰੇ, ਇਹਨਾਂ ਪਖੰਡੀਆਂ ਦੇ ਬਾਰੇ ਪਤਾ ਲੱਗ ਸਕੇ ਕਿ ਇਹ ਲੋਕਾਂ ਨੂੰ ਕਿਵੇਂ ਬੇਵਕੂਫ ਬਣਾਉਂਦੇ ਨੇ। ਧੰਨਵਾਦ। ਇੱਕ ਹੋਰ ਗੱਲ ਨੋਟ ਕਰਿਓ, ਉਹ ਆਪਣੀ ਬਾਂਹ 'ਤੇ ਚਾਕੂ ਵਰਤਣ ਤੋਂ ਬਾਅਦ ਉਹਦੇ ਉੱਤੇ ਵਾਰ ਵਾਰ ਰੁਮਾਲ ਅਤੇ ਹੱਥ ਫੇਰਦਾ ਹੈ, ਕਿਉਂਕਿ ਉਹਦੇ ਜਲਨ ਹੋ ਰਹੀ ਹੈ। ਅਗਰ ਇਹ ਪੱਥਰ ਚਮਤਕਾਰੀ ਹੁੰਦਾ ਤਾਂ ਉਹਨੂੰ ਜਲਨ ਵੀ ਨਹੀਂ ਸੀ ਹੋਣੀ ਚਾਹੀਦੀ।